ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹੈ ਤਿਰਸ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਅਰ ਵਿਸ਼ਾ ਬੜਾ ਮਹੱਤਵਪੂਰਨ ਹੈ ਕੈਨੇਡਾ ਦੇ ਵਿੱਚ ਬਦਲੇ ਹਾਲਾਤਾਂ ਦੇ ਵਿੱਚ ਸਟੱਡੀ ਵੀਜ਼ਾ ਟ ਕੰਪਲੀਟ ਪ੍ਰੋਸੈਸ ਜਿਹੜਾ ਲਗਭਗ 3 ਮਹੀਨਿਆਂ ਤੇ ਪਹੁੰਚ ਗਿਆ 2 ਹਫ਼ਤੇ ਤਾਂ ਜਿਹੜੀ ਫਾਈਲ ਦੀ ਪ੍ਰੋਸੈਸਿੰਗ ਨੂੰ ਅਗਰ ਇੰਡੀਆ ਤੋਂ ਕਰਦੇ ਆ ਘੱਟੋ ਘੱਟ 10 ਸੇ ਜਾ ਰਹੇ ਨੇ ਲੱਗਣਗੇ ਔਰ 1 ਮਹੀਨੇ ਦੇ ਆਸ-ਪਾਸ ਵੀਜ਼ਾ ਸਟੈਂਪਿੰਗ ਨੂੰ ਲੱਗ ਰਿਹਾ ਸੋ 3 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ ਅਗਰ ਦਿੱਖਿਆ ਜਾਵੇ ਤੇ ਇਹ ਆਉਂਦੇ ਦਿਨਾਂ ਦੇ ਵਿੱਚ ਵੱਧ ਵੀ ਸਕਦਾ ਹੈ ਘਟ ਵੀ ਸਕਦਾ ਹੈ ਪਰ ਵਿਦਿਆਰਥੀ ਕਿਵੇਂ ਤਿਆਰੀ ਕਰਨ ਇਹਨਾਂ ਸਥਿਤੀਆਂ ਨੂੰ ਵਿਦਿਆਰਥੀ ਕਿਵੇਂ ਦੇਖਣ ਔਰ ਵਿਜ਼ਟਰ ਵੀਜ਼ਾ ਰਿਫਿਊਜ਼ਲ ਵੀ ਬਹੁਤ ਜ਼ਿਆਦਾ ਵਿਜ਼ਟਰ ਵੀਜ਼ਾ ਦਾ ਅਜਿਹਾ ਕਿਉਂ ਔਰ ਵਿਜ਼ਟਰ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਵੀ ਬਹੁਤ ਜ਼ਿਆਦਾ ਹੈ ਇਹਨਾਂ ਦੋਨਾਂ ਸਥਿਤੀਆਂ ਤੇ ਪੂਰੀ ਕਲੈਰਿਟੀ ਲੈਣੇ ਆ ਕਿਉਂਕਿ ਸਾਡੇ ਬਹੁਤ ਵੱਡੀ ਗਿਣਤੀ 'ਚ ਵਿਦਿਆਰਥੀ ਨੇ ਜਿਨ੍ਹਾਂ ਨੇ ਕੈਨੇਡਾ ਜਾਣਾ ਹੁੰਦਾ ਪੜਨ ਦੇ ਲਈ ਔਰ ਬਹੁਤ ਸਾਰੇ ਸਾਡੇ ਗਾਰਡੀਅਨਸ ਨੇ ਬੱਚਿਆਂ ਦੇ ਭੈਣ ਭਰਾ ਨੇ ਜਿਨ੍ਹਾਂ ਨੇ ਕੈਨੇਡਾ ਕਿਸ ਨਾ ਕਿਸੇ ਆਪਣੇ ਬ੍ਰਦਰ ਸਿਸਟਰ ਜਾਂ بیٹے ਦੇ ਇਵੈਂਟ ਦੇ ਵਿੱਚ ਹਿੱਸਾ ਲੈਣਾ ਹੁੰਦਾ ਕਿਸੇ ਦਾ ਬਰਥਡੇ ਹੈ ਕਿਸੇ ਦਾ ਕੋਈ ਹੋਰ ਐਕਟੀਵਿਟੀ ਹੈ ਇਹਨਾਂ ਵਿਸ਼ਿਆਂ ਤੇ ਗੱਲ ਕਰਾਂਗੇ تیر ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ تیر ਜੀ ਇੱਕ ਨਵੀਂ ਚੁਣੌਤੀ ਆ ਗਈ 3-3 ਮਹੀਨੇ ਵੀਜ਼ੇ ਨੂੰ ਕੈਨੇਡਾ 'ਚ ਅਜੇ ਹੁੰਦਾ ਨਹੀਂ ਸੀ ਪਰ ਇਹਦਾ ਮਤਲਬ ਹੈ ਕਿ ਸਥਿਤੀ ਸੱਚਮੁੱਚ ਚਿੰਤਾਜਨਕ ਹੈ ਸਰ ਇਹ ਚੀਜ਼ਾ ਨਾ ਮੈਂ ਤੁਹਾਨੂੰ ਕਹਾਂਗਾ ਕਿ ਜਿੰਨੀ ਦੇਰ ਦਾ ਸਾਡਾ ਮਤਲਬ ਕਿ ਕੰਮ ਕਰਨ ਦਾ ਤਜਰਬਾ ਇਹ ਚੀਜ਼ਾ ਨਾ ਚੇਂਜ ਹੁੰਦੀਆਂ ਰਹਿੰਦੀਆਂ ਵਾ ਕਈ ਵਾਰੀ ਤਾਂ ਹੁੰਦਾ ਵਾ ਇੱਕ ਦਿਨ 'ਚ ਵੀ ਵੀਜ਼ਾ ਤੇ ਕਈ ਵਾਰੀ ਜਦੋਂ ਹੁਣ ਆਸ ਵੇਲੇ ਦੀ ਬਿਲਕੁਲ ਤੁਸੀਂ ਜਿਹੜੀ ਸਹੀ ਗੱਲ ਆ ਸਰ ਵਿਜ਼ਟਰ ਵੀਜ਼ਾ ਦੀ ਗੱਲ ਕਰਾਂ ਸਰ 3 ਛਡੋ 4 ਪਲੱਸ ਮਹੀਨੇ ਵੀ ਫਾਈਲ ਆਣੂ ਜਿਹੜੇ ਕੀ ਆ ਜਿਹੜਾ ਕਿ ਲੱਗਣੇ ਮਤਲਬ ਕਿ ਲੱਗ ਰਹੇ ਜਿਹੜੇ ਹੈਗੇ ਆ ਸਟੂਡੈਂਟ ਵੀਜ਼ਾ ਦੀ ਮੈਂ ਗੱਲ ਕਰਾਂ ਮਹੀਨਾ ਦੇ ਮਹੀਨੇ ਤੇ 2 ਮਹੀਨੇ ਦੇ ਵਿੱਚ ਜਿਹੜਾ ਕਿ ਇਹਨੂੰ ਹੌਣ ਗਰਾਉਂਡ ਰਿਐਲਿਟੀ ਦੀ ਮੈਂ ਗੱਲ ਕਰੂੰਗਾ ਜਿਹੜਾ ਕਿ ਇਹ ਲ ਤੇ 30 ਦਿਨ ਦੇ ਵਿੱਚ ਮੈਕਸਿਮਮ ਫਾਈਲ ਜਿਹੜਾ ਕਹੂੰਗਾ ਕਿ ਮੈਕਸਿਮਮ ਫਾਈਲ ਦੇ 20 ਤੋਂ 30 ਦਿਨ ਦੇ ਜਿਹੜੀਆਂ ਕਿ ਪਾਸਪੋਰਟ ਸਟੈਂਪਿੰਗ ਦਾ ਜਿਹੜਾ ਕਿ ਟਾਈਮ ਲੱਗ ਰਿਹਾ ਸਥਿਤੀਆਂ ਗੰਭੀਰ ਮੈਂ ਤਾਂ ਕਹਾਂ ਸਰ ਜੀ ਇਹ ਰਿਜ਼ਲਟ ਦੇ ਇਫੈਕਟ ਪਿਆ ਹੋਵੇ ਜੇ ਸਟੂਡੈਂਟ ਵੀਜ਼ਾ ਦੀ ਮੈਂ ਗੱਲ ਕਰਾਂ ਲਗਭਗ ਅੱਜ ਵੀ ਉਹੀ ਦੌਰ ਚੱਲਣ ਦੇ ਆ ਜਿਹੜੀਆਂ ਆਪਾਂ ਪਿਛਲੀਆਂ ਗੱਲਾਂ ਕਰਦੇ ਹੁੰਦੇ ਸੀਗੇ 100% ਵੀਜ਼ਾ ਜਿਹੜਾ ਇਸ ਵੇਲੇ ਵੀ ਆ ਰਿਹਾ ਸੋ ਕੋਈ ਵੀ ਖਬਰਾਂਉਣ ਦੀ ਲੋੜ ਜਿਹੜੀ ਕਿ ਨਹੀਂ ਹੈਗੀ ਹਾਂ ਵਿਜ਼ਟਰ ਵੀਜ਼ਾ ਤੇ ਮੈਂ ਤਾਂ ਕਹਾਂਗਾ ਜਿਹੜਾ ਸ਼ਿਕੰਜਾ ਬੜਾ ਟਾਈਟ ਹੋਇਆ ਕਿਤੇ ਨਾ ਕਿਤੇ ਕਸੂ ਮੈਂ ਤਾਂ ਕਹੂੰਗਾ ਕਿ ਇਹਦਾ ਕਸੂਰ ਕਦੀ ਹੈ ਕਿ ਜਿਹੜੀ ਆਪਾਂ ਕਹਦੇ ਕੋਈ ਨਾ ਕੋਈ ਵੀ ਬੰਦਾ ਆਪਣੇ ਤੇ ਲੈ ਕੇ ਗੱਲ ਕਰਨੀ ਪਸੰਦ ਨਹੀਂ ਕਰਦਾ ਪਰ ਜਿੰਨੇ ਵੀ ਵਿਜ਼ਟਰ ਵੀਜ਼ਾ ਜੇ ਕੈਨੇਡਾ ਨੇ ਮੈਂ ਤਾਂ ਕਹੂੰਗਾ ਕਿ ਲੀਨਿਐਸੀ ਦਿਖਾਈ ਕੈਨੇਡਾ ਨੇ ਜਿਹੜਾ ਨਰਮ ਨੁੱਕ ਰੁਖ ਦਿਖਾਇਆ ਮਲੇ ਕਿ ਵੀਜ਼ਾ ਕੈਟਾਗਰੀ ਦੇ ਬਹੁਤ ਵੀਜ਼ੇ ਖੁੱਲ ਕੇ ਵੰਡੇ ਫਰਾਰਾ ਤੁਹਾਨੂੰ ਪਤਾ ਉਹਦਾ ਨਜਾਇਜ਼ ਕਿੰਨਾ ਜ਼ਿਆਦਾ ਚੱਕਿਆ ਗਿਆ ਸਰ ਇਹ ਅਸਾਈਲਮ ਜਿੰਨੀ ਕਿ ਜ਼ਿਆਦਾ ਪੈ ਗਈ ਹੁਣ ਤਾਂ ਸਰ ਤੁਹਾਨੂੰ ਸ਼ਾਇਦ ਮੈਂ ਕਿ ਹੋਰ ਨਿਊਜ਼ ਵਿੱਚ ਸਾਂਝੀ ਕਰ ਦਵਾਂ ਸਟੂਡੈਂਟਾਂ ਨੇ ਸਰ ਅੱਤ ਕਰਤੀ ਉਹ ਤੇ ਸਾਈਲਮਾ ਪਾਉਂਦੀ ਮੈਂ ਕਹਾਂ ਸਿਰਾ ਲਾਤਾ ਤੋ ਕਿਤੇ ਨਾ ਕਿਤੇ ਸਰ ਆਪਾਂ ਫਿਰ ਬਾਅਦ ਚ ਕਸੂਰ ਕਰ ਦਿੰਦੇ ਜੀ ਕੈਨੇਡਾ ਨੇ ਇਦਾਂ ਕੈਨੇਡਾ ਨੇ ਉਦਾਂ ਕੀਤਾ ਪਰ ਗਲਤੀ ਵੀ ਦੇਖੋ ਨਾ ਆਪਾਂ ਕਰ ਕੀ ਰਹੇ ਆ ਸਾਰੀਆਂ ਚੀਜ਼ਾਂ ਨੂੰ ਕਿੰਨੇ ਆਪਾਂ ਤਕੜੇ ਵੱਡੇ ਵੱਡੇ ਲੈਵਲ ਤੇ ਜਿਹੜੇ ਕਿ ਸ਼ਾਰਟਕਟ ਆਪਾਂ ਮਾਰਨਦੇ ਆ ਸੋ ਇਸੇ ਲਈ ਮੈਂ ਤਾਂ ਕਹੂੰਗਾ ਬੱਚੋ ਜਿੰਨਾ ਬਾਚੋ ਸਕਦਾ ਬਟ ਹਾਂ ਐਸ ਵੇਲੇ ਤਾਂ ਜੇ ਸਪான்ਸਰਸ਼ਿਪ ਤੇ ਪਹਿਲੇ ਦੱਸ ਦਵਾਂ ਸਪான்ਸਰਸ਼ਿਪ ਤੇ ਜਿਹੜੇ ਕਿ ਆਪਲਾਈ ਕੀਤਾ ਹੋਇਆ ਸੀ ਆਪਣੇ ਬੱਚਿਆਂ ਨੂੰ ਮਿਲਣ ਜਾਣਾ ਸੀਗਾ ਉਹਨਾਂ ਦਾ ਰਿਜ਼ਲਟ ਮੈਂ ਸਰ ਅੱਜ ਦੀ ਰੀਚ ਵੀ ਕਹੂੰਗਾ ਕੋਆਪੀਨੇਟਿਵ ਬਹੁਤ ਗੁੱਡ ਆ ਰਿਹਾ ਬਟ ਇੱਕ ਅੱਜ ਮ रियलिटी ਤੁਹਾਨੂੰ ਦੱਸਣ ਲੱਗਾ ਕੋੜਾ ਸੱਚ ਕਹਿਣ ਲੱਗਾ ਸ਼ਾਇਦ ਹਜਮ ਨਾ ਹੋਵੇ ਪਰ ਹੋਟੇਲ ਬੁਕਿੰਗ ਤੇ ਜਿਹੜਾ ਟ੍ਰੈਂਡ ਆ ਐਸ ਵੇਲੇ ਫੇਵਰੇਬਲ ਨਹੀਂ ਹੈਗਾ ਸੋ ਮੈਂ ਇਹ ਜਿਹੜੀ ਸੱਚਾਈ ਤੁਹਾਨੂੰ ਅੱਜ ਦੱਸ ਰਿਹਾ ਤੇ ਹੋਟੇਲ ਬੁਕਿੰਗ ਤੇ ਜਿਹੜੀਆਂ ਫਾਈਲ ਲੱਗੀਆਂ ਹੋਈਆਂ ਅੱਜ ਮੈਂ ਦੱਸ ਦਵਾਂ ਸਰ ਕਈਆਂ ਨੂੰ ਨਾ ਇੰਟਰਸਟ ਬੜਾ ਪੈ ਰਿਹਾ ਕਈਆਂ ਨੇ ਪੈਸੇ ਫੜੇ ਹੋਏ ਆ ਜਾਂ ਕੁਝ ਵੀ ਹੈਗਾ ਉਹ ਚੀਜ਼ਾਂ ਨੂੰ ਮੈਂ ਤਾਂ ਕਹੂੰਗਾ ਜੇ ਤੁਸੀਂ ਉਹਨਾਂ ਚੀਜ਼ਾਂ ਦੇ ਵਰਕਆਊਟ ਜ਼ਰੂਰ ਕਰ ਸਕਦੇ ਆ ਇਹ ਚੀਜ਼ਾਂ ਨਾਰਮਲੀ ਜਿਹੜੀਆਂ ਕਿ ਚੇਂਜ ਜੜੀਆਂ ਹੁੰਦੀਆਂ ਜੜੀਆਂ ਕਿ ਜ਼ਾਰੀਆਂ ਹਾਂ ਜਿਆਦਾ ਜਿਹੜਾ ਸਿਕੰਜਾ ਕੱਸ ਹੋਇਆ ਹੈਗਾ ਟੂਰਿਸਟ ਵੀਜ਼ਾ ਆਪਾਂ ਕਹਿ ਰਹੀਏ ਵਿਸਟਰ ਵੀਜ਼ਾ ਆਪਾਂ ਕਹਿ ਰਹੀਏ ਉਹ ਜਿਹੜਾ ਕਿ ਡੈਫੀਨਿਟਲੀ ਜਿਹੜਾ ਕਿ ਉਹਨਾਂ ਦੇ ਕੱਸਿਆ ਗਿਆ ਹੈਗਾ ਤੇ ਅੱਜ ਮੈਂ ਸਾਰਿਆਂ ਨੂੰ ਇੱਕ ਹੋਰ ਅਪੀਲ ਕਰ ਦਵਾ ਬਾਕੀ ਤੁਹਾਡੀ ਮਰਜ਼ੀ ਹੈਗੀ ਆ ਜੇ ਤੁਸੀਂ ਜਾਣਾ ਚਾਹੁੰਦੇ ਆ ਅਪਲਾਈ ਕਰਨਾ ਚਾਹੁੰਦੇ ਆ ਜੀ ਸੱਜੇ ਅਪਲਾਈ ਕਰੋ ਸਾਡਾ ਵੀ ਕੰਮ ਆ ਸਾਡਾ ਵੀ ਕੰਮ ਅਪਲਾਈ ਕਰਨ ਦੇ ਵੀ ਨਾ ਬਟ ਐਸ ਵੇਲੇ ਲੱਖਾਂ ਰੁਪਏ ਦੀ ਰੀਚ ਆਫਟਰ ਵੀਜ਼ੇ ਦੇ ਨਾਂ ਤੇ ਲੱਖਾਂ ਰੁਪਿਆ ਦੇ ਜੇ ਤੁਸੀਂ ਜਾਣਦੇ ਆ ਨਾ ਤੁਸੀਂ ਸਮਝ ਲਓ ਤੁਹਾਨੂੰ ਅੱਜ ਨਹੀਂ ਪਤਾ ਲੱਗੂਗਾ ਤੁਸੀਂ ਆਪਣਾ ਇੰਨਾ ਵੱਡਾ ਨੁਕਸਾਨ ਕਰਾਉਗੇ ਇਹਨਾਂ ਹਿਸਾਬ ਹੀ ਨਹੀਂ ਆ ਕਿਉਂਕਿ ਜੇ ਐਮਬੈਸੀ ਨੇ ਤੁਹਾਨੂੰ ਦੇਣਾ ਨਾ ਤੁਹਾਡਾ ਵੀਜ਼ਾ ਡਾਕੂਮੈਂਟਸ ਨੂੰ ਆਉਣਾ ਉਹ ਘੱਟ ਖਰਚੇ ਨਾਲ ਵੀ ਆ ਜਾਣਾ ਵਾ ਜੇ ਨਹੀਂ ਆਉਣਾ ਨਾ ਜੇ ਤੁਸੀਂ ਭਾਵਾਂ ਰੀਚਾਂ ਦੇ ਨਾਂ ਤੇ ਕਿੰਨੇ ਪੈਸੇ ਦਿੱਤੇ ਫਿਰ ਵੀ ਨਹੀਂ ਆਉਣਾ ਹੈਗਾ ਰੀਚ ਸਿਰਫ ਤੁਹਾਡੇ ਤੇ ਮੈਂ ਤਾਂ ਕਹੂੰਗਾ ਇੱਕ ਉਹਨੇ ਦਾ ਖੇਡਣਾ ਵਾ ਲੱਗ ਗਿਆ ਤੇ ਅਗਲੇ ਦੀ ਚਾਂਦੀ ਹੈ ਤਾਂ ਕੁਛ ਆ ਸੋ ਆ ਰੀਚਾਂ ਵਾਲਿਆਂ ਨੂੰ ਮਜਬੂਰੀ ਸੀ ਉਹ ਤੇ ਸਾਲਾਂ ਪਾਉਣੀ ਪਈ ਤੇ ਤੁਸੀਂ ਨਾ ਆਪਣੀ ਮਜਬੂਰੀ ਬਣਾਓ ਮੈਂ ਅੱਜ ਵੀ ਵੀ ਸਾਰਿਆਂ ਨੂੰ ਕਹਿੰਦਾ ਵਾਂ ਸਮਾਂ ਥੋੜੀ ਜਿਹੀ ਦੇਰੀ ਆ ਹੋਰ ਮੈਂ ਤਾਂ ਕਹੂੰਗਾ 6-7 ਮਹੀਨੇ ਬਹੁਤ ਵਧੀਆ ਇਹੀ ਕੈਨੇਡਾ ਨੂੰ ਦੇਖੋ ਵੀਜ਼ੇ ਲੈਣ ਨੂੰ ਸਾਰਿਆਂ ਨੇ ਤਰਸਣਾ ਜਿੰਨਾ ਕੈਨੇਡਾ ਨੂੰ ਭੰਡਿਆ ਜਾ ਰਿਹਾ ਇਸ ਵੇਲੇ ਸੋ ਵੀਜ਼ਾ ਲੈ ਕੇ ਰੱਖੋ ਜਾਓ ਉੱਤੇ ਐਕਸਪਲੋਰ ਕਰੋ ਨਹੀਂ ਚੰਗਾ ਲੱਗਦਾ ਵਾਪਸ ਆ ਜਾਓ ਪਰ ਹਾਂ ਵਾਪਸ ਤਾਂ ਹੀ ਆਉਂਗੇ ਨਾ ਜੇ ਘਾਟਾ ਪੈ ਹੈ ਜੀ ਵੀਜ਼ਾ ਲਵਾਊਗਾ ਜੇ ਤੇ ਪੈਲੀਆਂ ਵੇਚ ਕੇ ਰੀਚਾਂ ਦੇ ਚਾਲ ਚੱਲ ਗਿਆ ਫਿਰ ਤਾਂ ਨਹੀਂ ਮੁੜਦੇ ਫਿਰ ਤਾਂ ਨੁਕਸਾਨ ਹੀ ਆ ਜੀ ਫਿਰ ਨਹੀਂ ਪੈਸੇ ਪੂਰੇ ਹੋਣੇ ਸੋ ਇਸ ਲਈ ਮੈਂ ਤਾਂ ਕਹੂੰਗਾ ਕੋਈ ਵੀ ਆਪਾਂ ਕਿਸੇ ਵੀ ਕੈਟਾਗਰੀ ਤੇ ਬਾਹਰ ਜਾਣਾ ਹੋਵੇ ਪੈਲੀ ਨਹੀਂ ਵੇਚਣੀ ਜਾਣਾ ਲੋਨ ਚੱਕ ਲੋ ਸੋ ਐਸ ਵੇਲੇ ਮੈਂ ਤਾਂ ਕਹੂੰਗਾ ਕਿ ਪਿਨਾਕਲ ਕੋਲੋ ਵੀ ਇੱਕ ਅਸੀਂ ਡੜਾ ਕੀਆ ਥੋੜੀਕੀ ਦੇਰ ਲੈ ਚਲਾਇਆ ਚੀਜ਼ਾਂ ਅਸੀਂ 13000 ਪਲੱਸ ਜੀਐਸਟੀ ਜਿਹੜਾ ਕਿ ਚਾਰਜ ਕਰ ਰਹੇ ਹਾਂ ਵਿਜ਼ਟਰ ਵੀਜ਼ਾ ਹੋਇਆ ਟੂਰਿਸਟ ਵੀਜ਼ਾ ਹੋਇਆ ਵਾਟਐਵਰ ਦਾ ਐਨੀ ਕੈਟਾਗਰੀ ਹੋਇਆ ਚਾਹੇ ਫਰੈਸ਼ ਆ ਰਿਫਿਊਜ਼ਲਸ ਆ ਵਾਟਐਵਰ ਆ ਕਿਸੇ ਵੀ ਕੰਟਰੀ ਦਾ ਮੈਂ ਤਾਂ ਕਹੂੰਗਾ ਕੈਨੇਡਾ ਯੂਕੇ ਆਸਟ੍ਰੇਲੀਆ ਯੂਰਪ ਕਿਸੇ ਵੀ ਕੰਟਰੀ ਦਾ ਤੁਸੀਂ ਜਿਹੜਾ ਕਿ ਅਪਲਾਈ ਕਰਾਉਣਾ ਨੋ ਆਫਟਰ ਵੀਜ਼ਾ ਪੇਮੈਂਟ ਸੋ ਇਸ ਲਈ ਮੈਂ ਕਹੂੰਗਾ ਉਹੀ ਸਾਡੇ ਕੰਮ ਕਰਨ ਦਾ ਸਟਾਈਲ ਆਬਵੀਅਸਲੀ ਡੈਫੀਨਿਟਲੀ ਆਪਣੀ ਲੋਡ ਨੂੰ ਵੀਜ਼ੇ ਲਾਵਾਂਗੇ ਵੀਜ਼ੇ ਜ਼ਿਆਦਾ ਮਿਹਨਤ ਕਰਾਂਗੇ ਵੀਜ਼ੇ ਲਾਵਾਂਗੇ ਤਾਂ ਹੀ ਨਵੇਂ ਕੇਸ ਜਿਹੜੇ ਕਿ ਹੋਰ ਆਣਗੇ ਸੋ ਇਸ ਚੀਜ਼ ਦਾ ਵੀ ਤੁਸੀਂ ਜ਼ ਇਹਦਾ ਕੋਈ ਨੁਕਸਾਨ ਨੁਕਸਾਨ ਤਾਂ ਸਰ ਮੈਂ ਕੋਈ ਇਨਾ ਨਹੀਂ ਦੇਖਣਦੇ ਆ ਮੈਂ ਤੁਹਾਨੂੰ ਦੁਬਾਰਾ ਦੱਸਾਂ ਹਾਂ ਇਨਕੁਆਰੀਆਂ ਚੱਲਣਦੀਆਂ ਮੈਂ ਕੌਨਫੀਡੈਂਸ ਕਿਉਂ ਹੈਗਾ ਵਾਂ ਅਸੀਂ ਸਭ ਨੂੰ ਪਤਾ ਅਸਲ ਦਫ਼ਤਰ 'ਚ ਵੱਡਾ-ਵੱਡਾ ਲੈ ਕੇ ਆਇਆ ਨਾ ਫੇਕ ਡਾਕੂਮੈਂਟ ਲਾਈਦਾ ਨਾ ਕਿਸੇ ਦੀ ਪ੍ਰੋਫਾਈਲ ਦੇ ਜੂਆ ਰਿਸਕ ਖੇਡੀਦਾ ਠੀਕ ਹੈ ਨਾ ਵੀਜ਼ਾ ਆਉਣਾ ਨਹੀਂ ਆਉਣਾ ਉਹ ਵੈਗੁਰੂ ਦੇ ਹੱਥ ਆ ਪਰ ਹਾਂ ਘੱਟੋ-ਘੱਟ ਬੈਨ ਲਵਾਉਣਾ ਉਹ ਤਾਂ ਏਜੰਟਾਂ ਦੇ ਹੱਥ ਹੀ ਹੁੰਦਾ ਜਿਹੜੇ ਕਿ ਇਨਾ ਲੱਗਦਾ ਜਿਹੜਾ ਕੋਈ ਦੱਸਦਾ ਨਹੀਂ ਮੁੜ ਕੇ ਜਿਹੜੀ ਕਿ ਜ਼ਿੰਦਗੀ ਖਰਾਬ ਕਰ ਦਿੱਤੀ ਜਾਂਦੀ ਆ ਸੋ ਉਹਨਾਂ ਚੀਜ਼ਾਂ ਤੋਂ ਬਚ ਲੋ ਟਾਈਮ ਜ਼ਿਆਦਾ ਲੱਗ ਗਿਆ ਕੋਈ ਟੈਂਸ਼ਨ ਨਹੀਂ ਜੇ ਤੁਹਾਡੇ ਕੋਈ ਬੱਚੇ ਦੀ ਕਨਵੋਕੇਸ਼ਨ ਅਸੀਂ ਨਿਕਲਦੀ ਉਹਦੀ ਵੀ ਕੋਈ ਟੈਂਸ਼ਨ ਨਹੀਂ ਆਪਾਂ ਵੈਫਰਮ ਰੇਸ ਕਰਕੇ ਆਪਾਂ ਜਿਹੜਾ ਕਿ ਆ ਵੇਰਵਾ ਦੇ ਸਕਦੇ ਹਾਂ ਕਿ ਹਾਂਜੀ ਮੈਂ ਆਪਣੇ ਬੱਚੇ ਨੂੰ ਮਿਲਣ ਜਾਣਾ ਤੇ ਜਿਹੜਾ ਕਿ ਆ ਕੋਈ ਗੱਲ ਨਹੀਂ ਜੇ ਨੰਗ ਵੀ ਕਨਵੋਕੇਸ਼ਨ ਬਾਅਦ ਚ ਮਿਲ ਲੂੰਗਾ ਕਿਸੇ ਵਿਆਹ ਦੇ ਇਵੈਂਟ ਸੀਗਾ ਕੋਈ ਗੱਲ ਨਹੀਂ ਨੰਗ ਵੀ ਗਿਆ ਜੀ ਅਸੀਂ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਬlesing ਉਸ ਨੂੰ ਨਵੇਂ ਕਪਲ ਨੂੰ ਬlesing ਦੇਣ ਜਾਣੀਆਂ ਕਿਸੇ ਦਾ ਬਰਥਡੇ ਸੀ ਨੰਗਿਆ ਕੋਈ ਟੈਂਸ਼ਨ ਨਹੀਂ ਹੈਗੀ ਆਪਾਂ ਉਹਦਾ ਵੇਰਵਾ ਵੀ ਦੇ ਸਕਦੇ ਹਾਂ ਕਿ ਆਪਾਂ ਹੁਣ ਉੱਥੇ ਜਾ ਕੇ ਉਸ ਫੈਮਲੀ ਦੇ ਨਾਲ ਬਾਅਦ ਚ ਜਿਹੜਾ ਕਿ ਆ ਚੰਗਾ ਟਾਈਮ ਸਪ ਡੈਫੀਨੇਟਲੀ ਜੇ ਫਾਈਲ ਜ਼ਿਆਦਾ ਟਾਈਮ ਲੱਗਦਾ ਵੀ ਆ ਅਸੀਂ ਵੇਰਵਾ ਆਪਣੀ ਫਾਈਲ ਜਿਹੜਾ ਵੈਬ ਫਾਰਮ ਦਾ ਸਹੀ ਜਰੀਆ ਹੈਗਾ ਉਹਦੇ ਥਰੂ ਦਰੇ ਸਕਦੇ ਹੈਗੇ ਆ ਟਾਈਮ ਜ਼ਿਆਦਾ ਲੰਘਦਾ ਕੋਈ ਨੁਕਸਾਨ ਨਹੀਂ ਪਰ ਟਾਈਮ ਦੇ ਨਾਲ-ਨਾਲ ਜੇ ਤੁਹਾਡਾ ਪੈਸਾ ਜ਼ਿਆਦਾ ਲੱਗ ਰਿਹਾ ਡੈਫੀਨੇਟਲੀ ਉਹ ਟੈਨਸ਼ਨ ਦੀ ਗੱਲ ਜਿਹੜੀ ਜੂਰ ਹੈਗੀ ਆ ਹਾਂ ਜੇ ਅਸਲ ਰੀਚਾਂ ਦੇ ਨਾਂ ਤੇ ਮੋٹے ਪੈਸੇ ਦੇਣੇ ਆ ਉਹ ਨੁਕਸਾਨ ਨਹੀਂ ਪੂਰਾ ਹੋਣਾ ਉਹਨਾਂ ਤੋਂ ਬਚ ਲੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ 56 ਕੈਨੇਡਾ ਦੀ ਗਵਰਨਮੈਂਟ ਖਾਸ ਔਰਤਾਂ ਵਾਲੇ ਤੇ ਘਸਰੀ ਆ ਰੀਚਾਂ ਵਾਲੇ ਦੀ 네ਗੈਟਿਵਿਟੀ ਦਾ ਡੈਫੀਨਿਟਲੀ ਜਿਹੜੀ ਕਿ ਜਰੂਰ ਆਊਗੀ ਬਾਕੀ ਸਾਰੇ ਜਿਹੜੇ ਕਿ ਸਹੀ ਤਰੀਕੇ ਨਾਲ ਜਾ ਰਹੇ ਆ ਇਹਨਾਂ ਨੂੰ ਕੋਈ ਟੈਂਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਿ ਨਹੀਂ ਹੋਊਗੀ ਚਲੋ ਬਹੁਤ ਵਧੀਆ ਤਰੀਕੇ ਨਾਲ ਧੀਰੇ ਜੀ ਨੇ ਸਾਰਾ ਇਸ਼ੂ ਹੈ ਸਾਨੂੰ ਐਡਰੈਸ ਕੀਤਾ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਕਲੈਰਿਟੀ ਚਾਹੀਦੀ ਹੈ ਤੇ 85578 85578 ਤੇ ਫੋਨ ਕਰੋ ਔਰ ਧੀਰੇ ਜੀ ਦੇ ਨਾਲ ਜ਼ਰੂਰ ਸਲਾਹ ਕਰੋ ਬਹੁਤ-ਬਹੁਤ ਥੈਂਕ ਯੂ